ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਰਡਰ ਨੰਬਰ 15 ਆਫ CPC ਰਾਈਟ, ਜਿਸ ਵਿੱਚ ਸਿਰਫ ਚਾਰ ਰੂਲਸ ਹੈ ਐਂਡ ਹੈਡਿੰਗ ਜੋ ਹੈ ਹਮਾਰੀ ਵੋ ਹੈ ਡਿਸਪੋਜ਼ਲ ਆਫ ਦਾ ਸੂਟ ਐਟ ਦਾ ਫਸਟ ਹੇਅਰਿੰਗ। ਫਸਟ ਹੇਅਰਿੰਗ ਮੇਂ ਹੀ ਸੂਟ ਡਿਸਪੋਜ਼ ਆਫ ਕੀਆ ਜਾ ਸਕਤਾ ਹੈ, ਉਸਕੇ ਰਿਗਾਰਡਿੰਗ ਮੈਂ ਬਾਤ ਕਰ ਰਹੇ ਹਾਂ। ਜਬ ਵੀ ਪਲੇਂਟਿਵ ਸੂਟ ਫਾਈਲ ਕਰਤਾ ਹੈ, ਪਲੇਂਟ ਫਾਈਲ ਕਰਤਾ ਹੈ ਕੋਰਟ ਕੋ ਮੈਂ ਪ੍ਰੈਜੈਂਟ ਕਰਤਾ ਪਲੇਂਟ, ਤੋ ਉਸਕੇ ਰਿਗਾਰਡਿੰਗ ਜੋ ਹੈ ਵੋ ਸਮਨ ਇਸ਼ੂ ਹੋਏ ਤੇ ਹੈ ਡਿਫੈਂਡ ਕੋ ਅਲੋਂਗ ਵਿਦ ਦਾ ਕਾਪੀ ਆਫ ਦਾ ਪਲੇਂਟ ਰਿਟਨ ਸਟੇਟਮੈਂਟ ਕੇ ਲੀਏ ਭੇਜ ਗਿਆ ਹੈ ਸਮਨ ਕਿ ਆਪਕੇ ਅਗੇਂਸਟ ਸੂਟ ਫਾਈਲ ਕੀਆ ਗਿਆ ਹੈ, ਔਰ ਡਿਫੈਂਡੈਂਟ ਕੋ ਵਿਦ ਇਨ 30 ਡੇਜ਼ ਉਸਕੋ ਰਿਪਲਾਈ ਕਰਨਾ ਹੋਤਾ ਹੈ ਰਾਈਟ, ਐਂਡ ਵਿਚ ਮੇ ਬੀ ਐਕਸਟੈਂਡਡ ਫਰਦਰ ਫੋਰ 60 ਡੇਜ਼। 90 ਡੇਜ਼ ਟੋਟਲ 90 ਡੇਜ਼ ਹੈ ਵੋ ਰਿਟਨ ਸਟੇਟਮੈਂਟ ਦਾਇਰ ਕਰ ਸਕਦਾ ਹੈ ਵੋ ਕੋਰਟ ਮੇਂ। ਸੋ ਜਬ ਵੋ ਰਿਟਨ ਸਟੇਟਮੈਂਟ ਦਾਇਰ ਕਰਦੇ ਹੋ ਤੋ ਫਸਟ ਹੇਅਰਿੰਗ, ਜੋ ਫਸਟ ਹੇਅਰਿੰਗ ਹੋ ਗਈ ਹਮਾਰੀ ਉਸਕੀ ਬਾਤ ਕਰ ਰਹੇ ਹੈ, ਤੋ ਵਹਾਂ ਪੇ ਲਿਖਾ ਰੂਲ ਨੰਬਰ 1, ਪਾਰਟ ਇਜ਼ ਨਾਟ ਐਟ ਇਸ਼ੂ। ਪਾਰਟ ਇਜ਼ ਨਾਟ ਐਟ ਇਸ਼ੂ, ਪਲੈਂਟਿਫ ਨੇ ਡਿਫੈਂਡ ਕੇ ਅਗੇਂਸਟ ਸੂਟ ਫਾਈਲ ਕਰ ਦਿਆ, ਲੇਕਿਨ ਕਾਜ਼ ਆਫ ਐਕਸ਼ਨ ਨਹੀਂ ਮਿਲ ਰਹਾ ਹਮੇ, ਵੋ ਪਾਰਟੀ ਇਸ਼ੂ ਮੇਂ ਨਹੀਂ ਹੈ, ਜਾਂ ਦੂਸਰੀ ਪਾਰਟੀ ਕੋ ਐਡ ਨਹੀਂ ਹੈ ਕਿਹਾ ਗਿਆ ਜੋ ਨੈਸੈਸਰੀ ਹੈ, ਉਸ ਪਾਰਟੀ ਕੋ ਐਡ ਕਰਦੀ ਜੋ ਬੇਸਿਕਲੀ ਨੈਸੈਸਰੀ ਹੈ ਨਹੀਂ ਹੈ, ਤੋ ਪਾਰਟੀ ਇਜ਼ ਨਾਟ ਐਟ ਇਸ਼ੂ। ਠੀਕ ਹੈ, ਤੋ ਯਹਾਂ ਪੇ ਬੋਰਡ ਲਿਖਿਆ ਹੈ ਕਿ ਵੇਅਰ ਐਟ ਦਾ ਫਸਟ ਹੇਅਰਿੰਗ ਆਫ ਦਾ ਸੂਟ ਇਟ ਅਪੀਅਰਸ ਦੈਟ ਦਾ ਪਾਰਟੀਜ਼ ਆਰ ਨਾਟ ਐਟ ਇਸ਼ੂ, ਕਿ ਦੋਨੋਂ ਪਾਰਟੀ ਮੇਂ ਤੋ ਕੋਈ ਇਸ਼ੂ ਹੈ ਹੀ ਨਹੀਂ ਹੈ। ਅਗਰ ਇਸ਼ੂ ਹੀ ਨਹੀਂ ਹੈ ਤੋ ਬਾਤ ਖਤਮ, ਔਰ ਐਨੀ ਕੁਐਸਚਨ ਆਫ ਲਾਅ ਔਰ ਫੈਕਟ, ਕੋਈ ਇਸ਼ੂ ਨਹੀਂ ਹੈ, ਤੋ ਕੋਰਟ ਮੇਂ ਐਟ ਵਾਂਸ ਪ੍ਰੋਨਾਉਂਸ ਦਾ ਜਜਮੈਂਟ। ਤੋ ਕੋਰਟ ਕੇ ਪਾਸ ਪਾਵਰ ਆਈ ਫਸਟ ਹੇਅਰਿੰਗ ਮੇਂ ਆਪ ਜਜਮੈਂਟ ਸੁਣਾ ਦੋ। ਠੀਕ ਹੈ, ਤੋ ਯਹਾਂ ਪੇ ਬੇਸਿਕਲੀ ਅਗਰ ਬਾਤ ਕਰੇ, ਅਗਰ ਸਿਰਫ ਪਲੈਂਟਿਵ ਕੀ ਪਲੇਂਟ ਕੀ ਬਾਤ ਕਰ ਰਹੇ ਹੈ ਤੋ ਉਸਮੇ ਲੋਕ ਰਿਜੈਕਟ ਵੀ ਕਰ ਸਕਤੇ ਉਸਕੀ ਪਲੇਂਟ, ਆਰਡਰ ਸੈਵਨ ਰੂਲ ਨੰਬਰ 11 ਮੇਂ ਨੋ ਕੌਜ਼ ਆਫ ਐਕਸ਼ਨ ਅਰਾਈਜ਼। ਅਗਰ ਕੌਜ਼ ਆਫ ਐਕਸ਼ਨ ਹੈ ਹੀ ਨਹੀਂ ਹੈ ਤੋ ਆਪ ਕਿਆ ਲੈਣੇ ਆਏ ਹੋ ਹਮਾਰੇ ਪਾਸ, ਤੋ ਕੋਰਟ ਉਸਕੋ ਰਿਜੈਕਟ ਵੀ ਕਰ ਸਕਤੀ ਹੈ। ਮੈਨੂੰ ਕੋਰਟ ਐਜ਼ ਅ ਆਪਸ਼ਨ ਅੰਡਰ ਆਰਡਰ 15, ਅਗਰ ਪਾਰਟੀਜ਼, ਯਹਾਂ ਪੇ ਪਾਰਟੀਜ਼ ਕੀ ਬਾਤ ਕਰ ਰਹਾ ਹੂੰ, ਪਾਰਟੀਜ਼ ਨਾਟ ਐਟ ਇਸ਼ੂ, ਇਨ ਦੋਨੋਂ ਪਾਰਟੀਓ ਮੇਂ ਕੋਈ ਇਸ਼ੂ ਹੈ ਹੀ ਨਹੀਂ ਹੈ, ਕੌਜ਼ ਆਫ ਐਕਸ਼ਨ ਹੀ ਨਹੀਂ ਹੈ, ਤੋ ਕੋਰਟ ਹੈਜ਼ ਆਈਦਰ ਯੂਜ਼ ਦਿਸ 7-11 ਰਿਜੈਕਟ ਦਾ ਪਲੇਂਟ ਔਰ ਮੇ ਪਾਸ ਦਾ ਜਜਮੈਂਟ ਅਗੇਂਸਟ। ਤੋ ਪਾਰਟ ਜੋ ਬੇਸਿਕਲੀ ਅਗਰ ਇਸ਼ੂ ਨਹੀਂ ਹੈ ਤੋ ਕੋਰਟ ਜਜਮੈਂਟ ਡਾਇਰੈਕਟਲੀ ਸੁਣਾ ਸਕਦੀ ਹੈ। ਰੂਲ ਨੰਬਰ 2 ਵਟ ਸੇਜ਼, ਵਨ ਆਫ ਸੈਵਰਲ ਡਿਫੈਂਡੈਂਟ ਨਾਟ ਐਟ ਇਸ਼ੂ, ਪਲੈਂਟਿਫ ਨੇ ਸੂਟ ਫਾਈਲ ਕਰ ਦਿਆ ਏ ਪੀ ਸੀ ਐਂਡ ਡੀ। ਲਾਅ ਕਹਿੰਦਾ ਕਿ ਇਨਕੇ ਅਗੇਂਸਟ ਤੋ ਆਪਕਾ ਰਾਈਟ ਬਣਤਾ ਹੈ ਸੂਟ ਫਾਈਲ ਕਰਨੇ ਕਾ, ਬਟ ਦਿਸ ਇਜ਼ ਨਾਟ ਦਾ ਪਾਰਟੀ ਜਿਸਕੇ ਅਗੇਂਸਟ ਆਪਕਾ ਕੋਈ ਰਾਈਟ ਹੈ। ਦੈਨ ਵਾਟ ਲਾਅ ਕਹਿਤਾ ਕਿ ਰੂਲ ਨੰਬਰ 2, ਵਨ ਆਫ ਸੈਵਰਲ ਡਿਫੈਂਡੈਂਟ ਨਾਟ ਐਟ ਇਸ਼ੂ, ਲਾਅ ਕਹਿੰਦਾ ਕਿ ਡੀ ਕੇ ਰਿਗਾਰਡਿੰਗ ਆਪਕਾ ਤੋ ਕੋਈ ਇਸ਼ੂ ਹੈ ਹੀ ਨਹੀਂ ਹੈ, ਆਪਕਾ ਇਸ਼ੂ ਏ ਬੀ ਸੀ ਕੇ ਪਰਸਨ ਕੇ ਰਿਗਾਰਡਿੰਗ ਹੈ, ਡਿਫੈਂਡ ਕੇ ਰਿਗਾਰਡਿੰਗ, ਤੋ ਡੀ ਕੇ ਰਿਗਾਰਡਿੰਗ ਆਪਕਾ ਕੋਈ ਇਸ਼ੂ ਹੈ ਹੀ ਨਹੀਂ ਹੈ, ਕੋਈ ਡਿਸਪਿਊਟ ਹੀ ਨਹੀਂ ਹੈ। ਤੋ ਲਾਅ ਕਹਿੰਦਾ ਹੈ ਵੇਅਰ ਦੇਰ ਆਰ ਮੋਰ ਦੈਨ ਵਨ ਡਿਫੈਂਡੈਂਟ, ਐਨੀ ਵਨ ਆਫ ਦ ਡਿਫੈਂਡੈਂਟ ਇਜ਼ ਨਾਟ ਐਟ ਇਸ਼ੂ, ਜੋ ਇਸ਼ੂ ਮੇਂ ਹੈ ਹੀ ਨਹੀਂ, ਇਸਕੇ ਸਾਥ ਕੋਈ ਇਸ਼ੂ ਨਹੀਂ ਹੈ, ਇਸਕੇ ਸਾਥ ਕੋਈ ਡਿਸਪਿਊਟ ਨਹੀਂ ਹੈ। ਠੀਕ ਹੈ ਜੀ, ਦ ਕੋਰਟ ਮੇ ਐਟ ਵਾਂਸ ਪ੍ਰੋਨਾਉਂਸ ਦਾ ਜਜਮੈਂਟ ਫੋਰ ਔਰ ਅਗੇਂਸਟ ਸੱਚ ਡਿਫੈਂਡੈਂਟ, ਤੋ ਇਸ ਡਿਫੈਂਡੈਂਟ ਕੇ ਫੇਵਰ, ਇਸਕੇ ਅਗੇਂਸਟ ਜੋ ਹੈ ਬੇਸਿਕਲੀ ਹਮ ਡਿਸੀਜ਼ਨ ਜੋ ਹੈ ਜਜਮੈਂਟ ਸੁਣਾ ਸਕਦੀ ਹੈ, ਐਂਡ ਦ ਸੂਟ ਸ਼ੈਲ ਪ੍ਰੋਸੀਡ ਓਨਲੀ ਅਗੇਂਸਟ ਦਾ ਅਦਰ ਡਿਫੈਂਡ, ਏ ਬੀ ਸੀ ਕੇ ਅਕੋਰਡਿੰਗ ਫਿਰ ਸੂਟ ਚਲਤਾ ਰਹੇਗਾ। ਜਬ ਫਾਈਨਲ ਡਿਕਰੀ ਹੋਗੀ ਤੋ ਉਸਮੇ ਇਹ ਜਜਮੈਂਟ ਕਾ ਵੀ ਉਸਮੇ ਹਮ ਲੋਕ ਵੇਰਵਾ ਦੇਂਗੇ। ਠੀਕ ਹੈ, ਦ ਸੈਡ ਡਿਕਰੀ ਜੋ ਹੈ ਵੋ ਇਸੀ ਜਜਮੈਂਟ ਕੇ, ਇਨ ਦੋਨੋਂ ਜਜਮੈਂਟ ਕੇ ਬੇਸਿਸ ਪੇ ਡਿਕਰੀ ਹੋਗੀ, ਤੋ ਇਹ ਵੀ ਇੰਪੋਰਟੈਂਟ ਹੈ। ਦੈਨ ਵੀ ਹੈਵ ਅ ਸਬ ਰੂਲ 2, ਵੇਅਰ ਅ ਜਜਮੈਂਟ ਇਜ਼ ਪ੍ਰੋਨਾਉਂਸ ਅੰਡਰ ਦਿਸ ਰੂਲ, ਦ ਡਿਕਰੀ ਸ਼ੈਲ, ਜਬ ਡਿਕਰੀ ਪਾਸ ਹੋਗੀ ਤੋ ਡੈਫੀਨਟਲੀ ਵੋ ਜਜਮੈਂਟ ਕੋ ਇਨਕਲੂਡ ਕਰਕੇ ਚਲੇਗੀ, ਰਾਈਟ। ਦੈਨ ਵੀ ਹੈਵ ਰੂਲ 3, ਪਾਰਟੀਜ਼ ਐਟ ਇਸ਼ੂ, ਜੋ ਪਾਰਟੀ ਕੇ ਬੀਚ ਮੇਂ ਇਸ਼ੂ ਹੈ, ਸੋ ਵੇ ਦ ਪਾਰਟੀਜ਼ ਆਰ ਐਟ ਇਸ਼ੂ ਔਨ ਸਮ ਕੁਐਸਚਨ ਆਫ ਲਾਅ ਔਰ ਆਫ ਫੈਕਟ ਐਂਡ ਦ ਇਸ਼ੂਜ਼ ਹੈਵ ਬੀਨ ਫਰੇਮਡ ਬਾਈ ਦ ਕੋਰਟ, ਕੋਰਟ ਨੇ ਇਸ਼ੂ ਫਰੇਮ ਕਰ ਦਈਏ ਐਜ਼ ਪਰ ਆਰਡਰ 14 ਇਜ਼ ਕਨਸਰਨ, ਜੋ ਹਮਨੇ ਕੀਆ ਹੈ ਹਾਊ ਟੂ ਫਰੇਮ ਐਨ ਇਸ਼ੂ, ਕੋਰਟ ਨੇ ਇਸ਼ੂ ਫਰੇਮ ਕਰ ਦਈਏ ਤੋ ਬਾਤ ਖਤਮ ਹੋ ਗਈ। ਤੋ ਜਬ ਇਸ਼ੂ ਫਰੇਮ ਹੋ ਗਈ ਤੋ ਕੋਰਟ ਮੇਂ ਪ੍ਰੋਸੀਡ ਟੂ ਡਿਟਰਮਾਈਨ ਸੱਚ ਇਸ਼ੂ, ਕੋਰਟ ਇਸ਼ੂ ਉਸ ਉਨ ਇਸ਼ੂ ਕੋ ਰਿਗਾਰਡਿੰਗ ਜੋ ਹੈ ਵੋ ਐਵੀਡੈਂਸ ਕਲੈਕਟ ਕਰਨੀ ਸ਼ੁਰੂ ਕਰੇਗੀ। ਤੋ ਪਹਿਲੀ ਚਾਂਸ ਕਿਸੇ ਹੋ ਗਈ ਪਲੈਂਟਿਵ ਕੀ, ਪਲੈਂਟਿਵ ਹੋ ਗਈ, ਠੀਕ ਹੈ ਜੀ ਆਪ ਆਪਣੇ ਵਿਟਨੈਸ ਲੈ ਕੇ ਆਓ, ਐਵੀਡੈਂਸ ਲੈ ਕੇ ਆਓ, ਜਬ ਆਪਕੀ ਐਵੀਡੈਂਸ ਕੰਪਲੀਟ ਹੋ ਗਈ ਉਸਨੇ ਕ੍ਰੋਸ ਕਰ ਲਿਆ ਡਿਫੈਂਡੈਂਟ ਨੇ ਤੋ ਆਪ ਆਪਣੀ ਐਵੀਡੈਂਸ ਕਲੋਜ਼ ਕਰ ਦੋ, ਉਸਕੇ ਬਾਅਦ ਹਮ ਲੋਕ ਡਿਫੈਂਡ ਕੀ ਚਾਂਸ ਦੇਂਗੇ ਡਿਫੈਂਡੈਂਟ ਕੋ ਕਿ ਆਪ ਕੋਈ ਆਪਣਾ ਡਾਕੂਮੈਂਟ ਜਾਂ ਕੋਈ ਐਵੀਡੈਂਸ ਕੋਈ ਵਿਟਨੈਸ ਲੈ ਕੇ ਆਉਣਾ ਚਾਹਤੇ ਹੋ ਤੋ ਵੋ ਲੈ ਕੇ ਆਏਗਾ, ਤੋ ਯਹਾਂ ਪਰ ਕੇਸ ਸਟਾਰਟ ਹੋ ਜਾਏਗਾ। ਠੀਕ ਹੈ ਜੀ, ਅਗਰ ਵੋ ਇਸ਼ੂਜ਼ ਹੈ ਕੋਰਟ ਨੇ ਇਸ਼ੂ ਫਰੇਮ ਕਰ ਦਈਏ ਤੋ ਕੋਰਟ ਮੇਂ ਪ੍ਰੋਸੀਡ ਟੂ ਡਿਟਰਮਾਈਨ ਸੱਚ ਇਸ਼ੂ ਐਂਡ ਇਫ ਦ ਫਾਈਂਡਿੰਗ ਦੇਅਰ ਓਨਲੀ ਸਫੀਸ਼ੀਐਂਟ ਫੋਰ ਦ ਡਿਸੀਜ਼ਨ,
may pronounce judgment accordingly whether the summons has been issued for the settlement of issue or only for the final disposal of the issue. तो लॉ कहता है बेसिकली जब वंस इट इज डिसाइडेड कि इश्यूज क्या है उस इश्यू को फर्दर डिसाइड करने के लिए हम लोग केस जो है वो ट्रायल स्टार्ट हो जाएगा. तो हार्डली मैटर की समन आपने एग्जामिन करने के लिए भेजा है, सेटलमेंट इशू करने के लिए भेजा है, जब फाइनल डिस्पोजल के लिए भेजा है, अगर इन द मीन टाइम ड्यूरिंग ट्रायल हमें पता लग गया कि हाँ भाई ये इश्यूज यहीं पे खत्म हो रहा था, हम उसको रिगार्डिंग उसी को जजमेंट दे देंगे ऑन द स्पॉट राइट नाउ. ठीक है, देन प्रोविजो समन्स हैव बीन इशूड फॉर द सेटलमेंट ऑफ इशू ओनली द पार्टीज और द पीटर्स आर प्रेजेंट और नन ऑफ देम ऑब्जेक्ट. अगर कोई पार्टीज को समन इशू किए गए हैं कि हमने इश्यूज जो है वो डिसाइड करने हैं तो कम फॉर डैट हमें फ्रेमिंग ऑफ इश्यूज करने हैं तो डेफिनेटली पार्टी आ जाएगी. ठीक है, तो पार्टी की भी हम लोग हेल्प ले सकते हैं, पीडर्स की भी हम लोग हेल्प ले सकते हैं. तो अगर नन ऑफ देम कोई ऑब्जेक्ट नहीं कर रहा इशू फ्रेम कर लो, बात खत्म, हम लोग ट्रायल स्टार्ट कर देंगे. सब रूल टू ऑफ रूल थ्री कह रहा है वे द फाइंडिंग इज नॉट सफिशियंट, अगर फाइंडिंग सफिशियंट नहीं है द कोर्ट शैल पोस्टपोन फर्दर हियरिंग ऑफ द सूट. क्योंकि कोर्ट को लगता है ये फाइंडिंग अभी हो नहीं पा रही, फाइंडिंग सफिशियंट नहीं है, हमें कुछ और एग्जामिन करना है, डॉक्यूमेंट एग्जामिन करने हैं, विटनेस को एग्जामिन करना है, तब जाके हमें एग्जैक्टली रियल पिक्चर पता लगेगी एक्चुअल में डिस्प्यूट है क्या. ऑर्डर नंबर 10 कोर्ट के पास पावर है, कोर्ट पार्टीज को एग्जामिन कर लेगी, कोर्ट किसी भी डॉक्यूमेंट को एग्जामिन कर लेगी, इंस्पेक्ट कर लेगी उसको, तो उनको इंस्पेक्ट कर, अगर कोर्ट को लगता है कि यहां पर इस स्टेज पे इश्यूज फ्रेम नहीं हो सकते तो कोर्ट कोर्ट केस को एडजर्न कर देगी नेक्स्ट हियरिंग के लिए, और उस नेक्स्ट हियरिंग में कोर्ट पार्टीज को एग्जामिन कर सकती है, विटनेस को एग्जामिन कर सकती है, किसी भी पर्सन को एग्जामिन कर सकती है, डॉक्यूमेंट को भी एग्जामिन कर सकती है, इंस्पेक्ट कर सकती है, एंड देन फाइनली वो इश्यू फ्रेम करेगी. ठीक है, देन यू हैव रूल 4 फेलियर टू प्रोड्यूस एविडेंस. जो बंदा एविडेंस लेके नहीं आया कोर्ट में उसके रिगार्डिंग हम बात कर रहे हैं, वेदर समवन हैज बीन इश्यूड फॉर द फाइनल डिस्पोजल ऑफ द सूट एंड आइदर पार्टी फेल विदाउट सफिशिएंट कॉज टू प्रोड्यूस द एविडेंस ऑन व्हिच ही रिलाई द कोर्ट मे प्रोनाउंस द जजमेंट और मे इफ इट थिंक फिट After framing and recording issue, adjourn the suit for the production of such evidence. The court has an option. Court ने अगर आपको कहा कि evidence produce करो, आप नहीं produce, आप उस समय नहीं लेके आए first hearing में, तो court को लगता है कि मैं उसके in spite of that evidence, मैं issue frame कर सकती हूँ, तो court issue frame कर देगी, या direct judgment सुना देगी, या next hearing करके कहेगी कि हाँ भैया दोबारा evidence लेके आओ. तो यहाँ पर court के पास powers दी गई हैं कि at once द कोर्ट मे एट वंस प्रनाउंस द जजमेंट, कोर्ट जजमेंट भी सुना सकती है, और मे अगर उसको लगता है तो वो एडजर्न भी कर सकती है, नेक्स्ट हियरिंग डेट दे सकती है और उनको कहेगी कि एविडेंस लेके आओ तो हम लोग इस केस को खत्म करेंगे. तो दिस इज ऑल अबाउट द ऑर्डर नंबर 15. ठीक है जी, चार ही रूल है जो ज्यादा टफ नहीं है, हालांकि ज्यादा कुछ नहीं यहाँ पे आते नहीं है प्री में, फॉर मेन पॉइंट ऑफ इज नॉट सो इम्पॉर्टेंट. प्री पॉइंट में अगर आप करना चाहते हो तो ऑर्डर नंबर 50 की हेडिंग याद रख लो, जो एक बहुत कम रेयर चार्ज है, इसमें क्वेश्चन आ जाए, बट स्टिल आप कर लो. ठीक है जी, थैंक यू सो मच, सत श्री अकाल.